18 ਤਰੀਕ ਨੂੰ ਇੱਕ ਸਾਡੇ ਇੱਥੇ ਏਰੀਆ ਦੇ ਸਨੈਚਿੰਗ ਹੋਈ ਸੀਗੀ, ਉਹਦੇ ਸਬੰਧ 'ਚ ਸਾਡੇ ਨਾਲ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਜਿਹੜੀ ਇਹਦੇ 'ਚ ਕੰਪਲੇਨੈਂਟ ਸੀਗੀ ਉਹਨੇ ਆਪਣਾ ਦੱਸਿਆ ਸੀਗਾ ਕਿ ਦੋ ਲੜਕੇ ਜਿਹੜੇ ਹੈਗੇ ਆ ਗ੍ਰੇ ਐਕਟਿਵਾ ਦੇ ਉੱਤੇ ਆਏ ਹੈਗੇ ਔਰ ਉਹਨਾਂ ਨੇ ਪਰਸੋਂ ਦਾ ਸਨੈਚ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਲੜਕੇ ਦੇ ਉੱਤੇ ਅਸੀਂ ਉਹਨੂੰ ਕਾਬੂ ਕਰ ਲਿਆ ਸੀ, ਉਹਦੇ ਖਿਲਾਫ਼ ਜਿਹੜਾ ਕਾਰਵਾਈ ਕਰ ਦਿੱਤੀ, ਅਰੈਸਟ ਵੀ ਪਾ ਲਈ ਸੀ। ਉਸ ਤੋਂ ਬਾਅਦ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਹੈਗਾ ਵਾ। ਜਿਹੜਾ ਦੂਸਰਾ ਲੜਕਾ ਸੀਗਾ ਉਹ ਫਰਾਰ ਹੋ ਗਿਆ ਸੀਗਾ, ਉਹਨੂੰ ਹੁਣ ਜਿਹੜਾ ਹੈਗਾ ਅਸੀਂ ਕਾਬੂ ਕਰ ਲਿਆ ਹੈਗਾ ਵਾ। ਕਾਬੂ ਕਰਕੇ ਜਿਹੜਾ ਹੈਗਾ ਉਹਦੀ ਗ੍ਰਿਫਤਾਰੀ ਪਾ ਲਈ ਹੈਗੀ ਆ। ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਜਿਹੜੇ ਮੁਲਾਜ਼ਮ ਹੈਗੇ ਆ ਜੋ ਜਿਨ੍ਹਾਂ ਦੀ ਇਹਦੇ 'ਚ ਹੈਗੀ ਸੀਗੀ ਆਪਣਾ ਡਿਰੈਲਿਕਸ਼ਨ ਡਿਊਟੀ ਪਾਈ ਗਈ ਹੈਗੀ ਸੀਗੀ, ਉਹਨਾਂ ਦੇ ਖਿਲਾਫ਼ ਜੋ ਬੰਦੀ ਕਾਰਵਾਈ ਕੀਤੀ ਗਈ ਹੈਗੀ ਆ। ਇਸ ਤੋਂ ਬਾਅਦ ਫਰਦਰ ਜੋ ਵੀ ਐਕਸ਼ਨ ਲੈਣਾ ਹੈਗਾ ਵਾ ਉਹ ਸਾਡੇ ਸੀਨੀਅਰ ਅਫਸਰਾਂ ਜਿਹੜੇ ਹੈਗੇ ਆ ਉਹ ਦੇਖਣਗੇ। ਸਰ ਇਹ ਫਰਾਰ ਕਿੱਦਾਂ ਹੋਇਆ ਸੀਗਾ ਜੀ, ਉਹ ਫਰਾਰ ਹੋਣ ਵਾਲੇ ਬੰਦੇ ਦਾ ਕੀ ਨਾਮ ਹੈ? ਇਹ ਲਖਵਿੰਦਰ ਸਿੰਘ ਉਰਫ ਲਾਡੀ ਸੰਗਤ ਸਿੰਘ ਵਾਲੇ ਦਾ ਰਹਿਣ ਵਾਲਾ। ਇਹ ਫਰਾਰ ਕਿੱਦਾਂ ਹੋਇਆ ਸੀਗਾ ਸਰ? ਫਰਾਰ ਹੋਇਆ ਸੀਗਾ ਕਿ ਜਿਹੜਾ ਇੱਕ ਅਸੀਂ ਉੱਥੋਂ ਆਪਣੇ ਜਿਹੜੀ ਇਨਫੋਰਮੇਸ਼ਨ ਹੋਰ ਮੁੰਡਿਆਂ ਦੀ ਮਿਲੀ ਸੀ ਵੀ ਹੋ ਸਕਦਾ ਕਿ ਉਹ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੈਗੇ ਆ, ਉਹਨਾਂ ਦੇ ਜਦੋਂ ਰੇਡ ਕਰਨ ਗਏ ਸੀਗੇ ਉੱਥੋਂ ਜਿਹੜਾ ਹੈਗਾ ਸੀਗਾ ਇਹ ਮੁੰਡਾ ਆਪਣਾ ਸਲਿਪ ਹੋ ਗਿਆ ਸੀਗਾ। ਫੜਨੀ ਜੋ ਐਫਰਟਸ ਮੈਕਸੀਮਮ ਕੀਤੇ ਆ ਸਰ, ਵੱਖ ਵੱਖ ਟਿਕਾਣੇ ਦੇ ਉੱਤੇ ਜਿੱਥੇ ਜਿੱਥੇ ਇਹਨਾਂ ਦੀ ਪੋਸੀਬਿਲਿਟੀ ਲੱਗ ਰਹੀ ਸੀ ਸਾਨੂੰ ਉੱਥੇ ਉੱਥੇ ਹੀ ਰੇਡ ਕੀਤੇ ਹੈਗੇ ਆ। ਮਕਸੂਦਾਂ ਰੇਡ ਕੀਤਾ, ਇਸ ਤੋਂ ਬਾਅਦ ਜਿੱਥੇ ਰਹਿੰਦਾ ਸੀ ਉਹਦੇ ਲਾਗੇ ਹੋਰ ਮਕਾਨ ਹੈਗੇ ਜਿੱਥੇ ਪੋਸੀਬਿਲਿਟੀ ਸੀ ਵੀ ਉੱਥੇ ਹੋ ਸਕਦਾ, ਉੱਥੇ ਵੀ ਰੇਡ ਕੀਤੇ ਹੈਗੇ। ਤੇਰਾ ਕਿਸ ਕੇਸ 'ਚ ਤੈਨੂੰ ਫੜਿਆ ਗਿਆ ਸੀ? ਇੱਕ ਮਿੰਟ, ਮੇਰਾ ਭਾਈ ਲਾਡੀ। ਲਾਡੀ ਲਾਡੀ ਕਿਸ ਕੇਸ 'ਚ ਫੜਿਆ ਗਿਆ ਤੈਨੂੰ? ਕੋਈ ਯਾਰ ਮੁੰਡਾ ਨਾਲ ਦੀ ਉਹਨਾਂ ਵਾਰਦਾਤ ਕਰਦਾ ਪਿਆ ਦੀ ਭਾਈ। ਅੱਛਾ, ਅਤੇ ਦੋ ਦਿਨ ਹੋ ਗਏ ਵਾਰਦਾਤ ਤੋਂ ਭਾਈ ਕਰਦੇ ਪਏ ਦੀ, ਬਸ ਦੂਜਾ ਤੀਜਾ ਦਿਨ ਦੀ ਮੈਂ। ਅੱਛਾ, ਤੈਨੂੰ ਪੁਲਿਸ ਨੇ ਫੜ ਲਿਆ ਸੀ, ਅਤੇ ਤੂੰ ਭੱਜਿਆ ਕਿਉਂ ਸੀ? ਭਾਈ ਡਰ ਕੇ ਭੱਜਿਆ ਨਹੀਂ ਯਾਰ। ਅੱਛਾ, ਉਸ ਤੋਂ ਬਾਅਦ ਤੂੰ ਕਿੱਥੇ ਚਲੇ ਗਿਆ ਸੀ? ਮੈਂ ਭਾਈ ਮਾਸੀ ਕੋਲ। ਅੱਛਾ, ਅਤੇ ਤੈਨੂੰ ਤੂੰ ਫੜਿਆ ਕਿੱਦਾਂ ਗਿਆ? ਫੜਿਆ ਅੰਟ ਭਾਈ ਪਬਲਿਕ ਨੇ ਫੜਿਆ ਜੀ। ਨਹੀਂ ਨਹੀਂ, ਜੋ ਤੂੰ ਭੱਜ ਗਿਆ ਦੁਬਾਰਾ ਕਿੱਦਾਂ ਫੜਿਆ ਗਿਆ? ਦੁਬਾਰਾ ਮੈਂ ਪੇਸ਼ ਹੋਇਆ ਜੀ। ਹੈਂ? ਦੁਬਾਰਾ ਪੇਸ਼ ਆਪ ਹੋਇਆ। ਕੀ ਤੂੰ ਫੋਨ ਕੀਤਾ ਸੀ? ਹਾਂਜੀ, ਮੈਂ ਸਰ ਜੀ ਮੈਂ ਘਰੇ ਆ ਗਿਆ, ਮੈਨੂੰ ਲੈ ਜਾਓ ਆ ਜੀ।